ਭਾਰਤੀ ਜਨਤਾ ਪਾਰਟੀ ਦਾ ਮਨੋਬਲ ਅਸਮਾਨ ਤੇ ਹੈ ਔਰ ਉਹਦਾ 8 ਮਹੀਨੇ ਤੋਂ ਜ਼ਿਆਦਾ ਹੈ ਜਦ ਤੋਂ ਮਿਲਿਆ ਅਤੇ ਉਸ ਤੋਂ ਬਾਅਦ ਇੱਕ ਤੋਂ ਇੱਕ ਅੱਛਾ ਕਾਰਜਕ੍ਰਮ ਜਿਹੜਾ ਹੈ ਉਹ ਚੱਲ ਰਿਹਾ ਹੈ ਜਿਹਦੇ ਵਿੱਚ ਕਿ ਪਹਿਲੇ ਸਵਾਗਤ ਸਮਾਰੋਹ ਹੋਏ ਉਸ ਤੋਂ ਬਾਅਦ ਪਦ ਯਾਤਰਾ ਹੋਈਆਂ ਉਸ ਤੋਂ ਬਾਅਦ ਔਰਗਨਾਈਜੇਸ਼ਨਲ ਮੀਟਿੰਗਸ ਚੱਲਦੀਆਂ ਰਹੀਆਂ ਔਰ ਹੁਣ ਜਿਹੜੀਆਂ ਸਾਡੇ ਮੋਰਚੇ ਬਣੇ ਨੇ ਜਿਹੜੇ ਜਿਹਦੇ ਯੁਵਾ ਮੋਰਚਾ ਦੀ ਰੈਲੀ ਹੋਈ ਪਗਵਾੜੇ ਉਸ ਤੋਂ ਬਾਅਦ ਮਹਿਲਾ ਮੋਰਚਾ ਦੀ ਰੈਲੀ ਹੋਈ ਮਲੋਟ ਦੇ ਵਿੱਚ ਮੁਕੇਰੀਆਂ ਔਰ ਕਿਸਾਨ ਮੋਰਚਾ ਦੀ ਰੈਲੀ ਹੋਈ ਦਸੂਏ ਔਰ ਲੋਕ ਸਭਾ ਸੰਮੇਲਨ ਹੋਏ ਨੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹਲਕੇ ਦਾ ਔਰ ਹੁਸ਼ਿਆਰਪੁਰ ਹਲਕੇ ਦਾ ਸੋ ਇਹ ਅਲੱਗ ਅਲੱਗ ਵਿੰਗ ਜਿਹੜੇ ਨੇ ਇਹ ਬਹੁਤ ਉਤਸ਼ਾਹਿਤ ਨੇ ਔਰ ਭਾਰਤੀ ਜਨਤਾ ਪਾਰਟੀ ਕਾਡਰ ਬੇਸ ਪਾਰਟੀ ਹੈ ਕੈਂਡੀਡੇਟ ਜਦੋਂ ਵੀ ਡਿਕਲੇਅਰ ਹੋਣਗੇ ਉਹਨਾਂ ਨਾਲ ਇਹ ਸਾਰੀ ਸ਼ਕਤੀ ਕਿਉਂਕਿ ਕਾਂਗਰਸ ਭ੍ਰਿਸ਼ਟਾਚਾਰ ਦੇ ਨਾਲ ਚੁਣਾਵ ਲੜਦੀ ਹੈ ਭਾਰਤੀ ਜਨਤਾ ਪਾਰਟੀ ਕਾਰਜਕਰਤਾ ਦੀ ਸ਼ਕਤੀ ਨਾਲ ਇਮਾਨਦਾਰੀ ਨਾਲ ਚੁਣਾਵ ਲੜਦੀ ਹੈ ਕਾਰਜਕਰਤਾ ਜਿਹੜਾ ਸਾਡੀ ਜਾਨ ਹੈ ਆਨ ਹੈ ਸ਼ਾਨ ਹੈ ਉਹ ਤਨ ਮਨ ਧਨ ਦੇ ਕੇ ਜਿੰਨੇ ਕੈਂਡੀਡੇਟਸ ਆਉਣਗੇ ਉਹਨਾਂ ਨੂੰ ਜਿਤਾਏਗਾ ਐਸਾ ਜਲਦੀ ਹੋ ਜਾਏਗਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸਾਡੇ ਲਈ ਹਰ ਕਾਰਜਕਰਤਾ ਕੈਂਡੀਡੇਟ ਹੁੰਦਾ ਹਰ ਕਾਰਜਕਰਤਾ ਕੈਂਡੀਡੇਟ ਔਰ ਪ੍ਰਤਿਆਸ਼ੀ ਤੋਂ ਵੱਧ ਜ਼ੋਰ ਲਾ ਕੇ ਉਹਨਾਂ ਦੀ ਜਿੱਤ ਸੁਨਿਸ਼ਚਿਤ ਕਰਦਾ ਕਾਂਗਰਸ ਦੇ ਐਮਪੀ ਨੇ ਕਿਹਾ ਵਾ ਕਿ ਮੈਂ ਚੁਣੌਤੀ ਦੇਣਾ ਕਿ ਤੁਹਾਡੇ ਵੱਲੋਂ ਕਿ ਮੇਰੇ ਸਾਹਮਣੇ ਆ ਕੇ ਇਲੈਕਸ਼ਨ ਲੜਨਾ ਹੈ ਚਲੋ ਕਾਰਨ ਹੈ ਕਿ ਉਸ ਕੈਂਡੀਡੇਟ ਨੇ ਕੀਤਾ ਹੀ ਕੁਛ ਨਹੀਂ ਹੈ ਉਹ ਵਿਦੇਸ਼ਾਂ 'ਚ ਹੀ ਘੁੰਮਦਾ ਰਿਹਾ ਕਦੀ ਆਸਟ੍ਰੇਲੀਆ ਕਦੀ ਅਮਰੀਕਾ ਕਦੀ ਕਿੱਥੇ ਔਰ ਅੱਜ ਸਭ ਨੂੰ ਪਤਾ ਹੈ ਕਿ ਅੰਮ੍ਰਿਤਸਰ 'ਚ ਮੋਦੀ ਜੀ ਦੇ ਆਸ਼ੀਰਵਾਦ ਨਾਲ ਏਅਰਪੋਰਟ ਮੈਂ ਬਣਵਾਈ ਰੇਲਵੇ ਸਟੇਸ਼ਨ ਮੈਂ ਬਣਵਾਇਆ ਜਿੰਨੀ ਡਿਵੈਲਪਮੈਂਟ ਉਹਦੇ ਕੋਲ ਕੋਈ ਹੋਰ ਕਾਰਨ ਨਹੀਂ ਹੈ ਬਚਨ ਦਾ ਕਿ ਉਹ ਦੱਸ ਸਕੇ ਕਿ ਉਹਨੇ ਕੀ ਕੰਮ ਕੀਤਾ ਇੱਥੇ ਕੋਈ ਲਿਸਟ ਹੈ ਮੈਂ ਕਿਹਾ ਸੀ ਕਿ ਅਮਰਿੰਦਰ ਸਿੰਘ ਜਿਹੜੇ ਉਹਦੇ ਗੁਰੂ ਨੇ ਜਿਨ੍ਹਾਂ ਨੇ ਟਿਕਟ ਦਿੱਤੀ ਉਹਨਾਂ ਦੀ ਸਰਕਾਰ ਰਹੀ ਹੈ ਹੁਣ ਵੀ ਮੈਂ ਚੈਲੇਂਜ ਉਹਨੂੰ ਦੇਣਾ ਕਿ ਅਮਰਿੰਦਰ ਸਿੰਘ ਜੀ ਦੁਆਰਾ ਜਿਹੜੇ ਕੰਮ ਕਰਾਏ ਨੇ ਉਹਦੀ ਲਿਸਟ ਜਾਰੀ ਕਰੇ ਉਹ ਮੋਦੀ ਜੀ ਦੇ ਕੰਮਾਂ ਦੇ ਵਿੱਚ ਆ ਕੇ ਅਤੇ ਲਿਸਟ ਜਾਰੀ ਕਿ ਮੈਂ ਕੀਤਾ ਉਹ ਝੂਠ ਦਾ ਪਟਾਰਾ ਜਲ੍ਹਿਆਂ ਵਾਲੇ ਬਾਗ 'ਤੇ ਗੱਲ ਕੀਤੀ ਜਲ੍ਹਿਆਂ ਵਾਲੇ ਬਾਗ ਸ਼੍ਰੀ ਮਾਨ ਜੀ ਦੀ ਐਂਟਰੀ ਨਹੀਂ ਹੋਏ ਉੱਥੇ ਅੱਜ 20 ਕਰੋੜ ਦੇ ਅਸੀਂ ਟੈਂਡਰ ਲਾਏ ਨੇ ਸੋ ਮੇਰਾ ਇਹ ਕਹਿਣਾ ਹੈ ਕਿ ਸਾਡੇ ਪ੍ਰਤਿਆਸ਼ੀ ਸਾਡੀ ਹਾਈ ਕਮਾਂਡ ਨਿਸ਼ਚਿਤ ਕਰੇਗੀ ਉਹਦਾ ਹੰਕਾਰ ਬੋਲ ਰਿਹਾ ਜਿਹਦਾ ਜਵਾਬ ਉਹਨੂੰ 19 ਮਈ ਨੂੰ ਮਿਲ ਜਾਏਗਾ ਜੇ ਤੁਹਾਡੇ ਹੈ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ